ਕੈਨੇਡਾ ਦੇ ਵਿੱਚ ਇਸ ਸਮੇਂ ਕਾਫੀ ਤਰ੍ਹਾਂ ਦੇ ਫਰਾਡ ਹੋ ਰਹੇ ਨੇ ਗੱਲ ਕਰੀਏ ਬ੍ਰੈਂਪਟਨ ਦੀ ਤਾਂ ਬ੍ਰੈਂਪਟਨ ਦੇ ਵਿੱਚ ਪੰਜਾਬੀ ਲੋਕ ਖਾਸ ਕਰਕੇ ਇਸ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ ਪੰਜਾਬੀ ਮਕਾਨ ਮਾਲਕਾਂ ਦੇ ਵੱਲੋਂ ਆਪਣੇ ਘਰ ਇੱਥੇ ਸਟੂਡੈਂਟਸ ਨੂੰ ਕਿਰਾਏ ਤੇ ਦਿੱਤੇ ਗਏ ਹਨ ਤੇ ਸਟੂਡੈਂਟਸ ਦੇ ਵੱਲੋਂ ਹੀ ਕਈ ਤਰ੍ਹਾਂ ਦੇ ਨਾਲ ਆਪਣੇ ਮਕਾਨ ਮਾਲਕਾਂ ਨਾਲ ਧੋਖਾਧੜੀ ਕਰ ਲਈ ਜਾਂਦੀ ਹੈ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਬ੍ਰੈਂਪਟਨ ਦੇ ਵਿੱਚ ਇੱਕ ਪੰਜਾਬੀ ਮਕਾਨ ਮਾਲਕ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪਿਆ ਆ ਦਰਅਸਲ ਉਹ ਆਪਣੇ ਕਿਰਾਏਦਾਰਾਂ ਤੋਂ ਪੈਸੇ ਈ-ਟਰਾਂਸਫਰ ਕਰਵਾ ਰਿਆ ਸੀ ਜਿਸ ਦੌਰਾਨ ਉਸ ਦੇ ਨਾਲ ਇਹ ਘਟਨਾ ਵਾਪਰੀ ਹੈ ਬ੍ਰੈਂਪਟਨ ਵਿੱਚ ਆਏ ਦਿਨ ਚੱਲ ਰਹੇ ਫਰਾਡ ਤੇ ਸਕੈਮ ਦੇ ਗਿਣਤੇ ਵਿੱਚ ਅੱਜ ਇੱਕ ਹੋਰ ਨਵਾਂ ਕੇਸ ਜੁੜ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਬ੍ਰੈਂਪਟਨ ਵਿੱਚ ਰਹਿ ਰਹੇ ਦੋ ਯੂਨਿਟਾਂ ਦੇ ਮਕਾਨ ਮਾਲਕਾਂ ਵਾਲਿਆਂ ਨੇ ਆਪਣੇ ਕਿਰਾਏਦਾਰਾਂ ਤੋਂ ਸਤੰਬਰ ਮਹੀਨੇ ਵਿੱਚ 2000 ਡਾਲਰ ਅਤੇ 2500 ਡਾਲਰ ਲੈਣੇ ਸਨ ਅਤੇ ਉਹ ਹਮੇਸ਼ਾ ਉਹਨਾਂ ਨੂੰ ਈ-ਟਰਾਂਸਫਰ ਕਰਨ ਲਈ ਕਹਿੰਦੇ ਸਨ ਜਦੋਂ ਉਸਦੇ ਖਾਤੇ ਵਿੱਚ ਉਹਨਾਂ ਦੇ ਕਿਰਾਏਦਾਰਾਂ ਵੱਲੋਂ ਪੈਸੇ ਭੇਜ ਦਿੱਤੇ ਗਏ ਤਾਂ ਉਹ ਹੈਰਾਨ ਰਹਿ ਗਿਆ ਉਸਨੇ ਦੱਸਿਆ ਕਿ ਅੱਜ ਤੱਕ ਕਦੇ ਵੀ ਉਸਦੇ ਖਾਤੇ ਵਿੱਚ ਪੈਸੇ ਨਹੀਂ ਪਹੁੰਚੇ ਇਸ ਤੋਂ ਵੀ ਹੈਰਾਨੀਜਨਕ ਗੱਲ ਇਹ ਹੋਈ ਕਿ ਜਦੋਂ ਉਸਨੇ ਤਹਿਕੀਕਾਤ ਕਰਵਾਉਣੀ ਸ਼ੁਰੂ ਕੀਤੀ ਤਾਂ ਉਸ ਦੌਰਾਨ ਉਸ ਮਕਾਨ ਮਾਲਕ ਨੂੰ ਪਤਾ ਚੱਲਿਆ ਕਿ ਉਹ ਈ-ਟਰਾਂਸਫਰ ਫਰਾਡ ਦਾ ਸ਼ਿਕਾਰ ਹੋ ਚੁੱਕਿਆ ਹੈ ਜਦੋਂ ਪੂਰੀ ਗੱਲ ਦਾ ਪਤਾ ਚੱਲਿਆ ਤਾਂ ਨਿੱਕ ਬਿਆਨ ਨਹੀਂ ਸੀ ਜੋ ਕਿ ਸਾਈਬਰ ਸਿਕਿਉਰਿਟੀ ਦੇ ਮਾਹਰ ਹਨ ਉਹਨਾਂ ਨੇ ਦੱਸਿਆ ਕਿ ਆਪਣੇ ਈਮੇਲ ਐਡਰੈਸ ਦੀ ਓਨੀ ਹੀ ਸੁਰੱਖਿਆ ਕਰਨਾ ਜ਼ਰੂਰੀ ਹੁੰਦੀ ਹੈ ਜਿੰਨਾ ਕਿ ਅਸੀਂ ਆਪਣੇ ਬੈਂਕ ਅਕਾਊਂਟ ਅਤੇ ਕ੍ਰੈਡਿਟ ਕਾਰਡ ਨੂੰ ਸੁਰੱਖਿਅਤ ਕਰਨ ਲਈ ਪਾਸਵਰਡ ਰੱਖਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਈਮੇਲ ਐਡਰੈਸ ਦੇ ਵਿੱਚ ਜੇਕਰ ਉਹ ਇਨਬਾਕਸ ਦੇ ਵਿੱਚ ਮੌਜੂਦ ਹੁੰਦੇ ਹਨ ਤਾਂ ਉਹ ਉਹਨਾਂ ਦੇ ਨਾਲ ਬੜੀ ਆਸਾਨੀ ਦੇ ਨਾਲ ਤੋਖਾ ਧੜੀ ਕਰ ਸਕਦੇ ਹਨ ਇਸ ਨਾਲ ਉਹ ਤੁਹਾਡੇ ਪਾਸਵਰਡ ਨੂੰ ਬੜੀ ਆਸਾਨੀ ਨਾਲ ਰੀਸੈਟ ਕਰ ਸਕਦੇ ਹਨ ਇਸ ਫਰੋਡ ਨੂੰ ਰੋਕਣ ਲਈ ਬਿਆਨਸੀ ਨੇ ਕਿਹਾ ਕਿ ਇੰਟਰੈਕਟ ਈ-ਟਰਾਂਸਫਰ ਕਰਨ ਵੇਲੇ ਹਮੇਸ਼ਾ ਆਟੋ ਡਿਪੋਜ਼ਿਟ ਚਾਲੂ ਕਰਕੇ ਰੱਖਣਾ ਚਾਹੀਦਾ ਹੈ ਜੋ ਕਿ ਸੁਰੱਖਿਅਤ ਅਤੇ ਸੁਵਿਧਾਜਨਕ ਹੈ ਆਟੋ ਡਿਪੋਜ਼ਿਟ ਈਮੇਲ ਧੋਖਾਧੜੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਇਹ ਪੁਸ਼ਟੀ ਕਰਦਾ ਹੈ ਕਿ ਲੈਣ-ਦੇਣ ਇੱਛਤ ਪ੍ਰਾਪਤਕਰਤਾ ਨੂੰ ਭੇਜੇ ਗਏ ਹਨ ਅਤੇ ਪੈਸੇ ਬਿਨਾਂ ਸੁਰੱਖਿਆ ਸਵਾਲਾਂ ਦੇ ਆਪਣੇ ਆਪ ਜਮ੍ਹਾਂ ਹੋ ਜਾਂਦੇ ਹਨ ਅੰਤ ਵਿੱਚ ਵਾਲੀਆ ਦੇ ਕਿਰਾਏਦਾਰਾਂ ਵਿੱਚੋਂ ਇੱਕ ਨੇ ਆਪਣੇ ਪੈਸੇ ਵਾਪਸ ਕਰ ਦਿੱਤੇ ਹਨ ਅਤੇ ਕਿਰਾਏ ਦਾ ਭੁਗਤਾਨ ਕਰ ਦਿੱਤਾ ਪਰ ਦੂਜੇ ਨੇ 2000 ਡਾਲਰ ਵਿੱਚੋਂ ਧੋਖਾਧੜੀ ਕੀਤੀ ਹੈ ਵਾਲੀਆ ਨੇ ਕਿਹਾ ਮੈਨੂੰ ਹਾਰੂਸ ਵਿਅਕਤੀ ਲਈ ਅਫਸੋਸ ਹੈ ਜੋ ਇਨ੍ਹਾਂ ਦੋਸ਼ੀਆਂ ਕਾਰਨ ਕਪਲੇ ਵਿੱਚ ਆ ਰਹੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ